ਕੈਨੇਡਾ ਅਤੇ ਯੂਕੇ ਜਾਣ ਵਾਲਿਆਂ ਦੇ ਲਈ ਇੱਕ ਖੁਸ਼ਖਬਰੀ ਹੈ, ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕ੍ਰਿਸਮਸ ਦੇ ਸਮੇਂ ਵਿੱਚ ਅਤੇ ਨਵੇਂ ਸਾਲ ਦੇ ਚੜ੍ਹਨ ਸਮੇਂ ਇੱਕ ਪੇਸ਼ਕਾਰੀ ਜਿਹੜੀ ਹੈ ਇਹਨਾਂ ਦੋ ਦੇਸ਼ਾਂ ਦੇ ਵੱਲੋਂ ਕੀਤੀ ਗਈ ਹੈ। ਜੇਕਰ ਤੁਸੀਂ ਵੀ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕ੍ਰਿਸਮਸ ਦੇ ਮੌਕੇ 'ਤੇ ਅਤੇ ਨਵੇਂ ਸਾਲ ਦੇ ਮੌਕੇ 'ਤੇ ਤੁਸੀਂ ਜਾ ਸਕਦੇ ਹੋ। ਇੱਕ ਵੱਡੀ ਔਫਰ ਜਿਹੜੀ ਹੈ ਇਹਨਾਂ ਦੋ ਦੇਸ਼ਾਂ ਨੇ ਦਿੱਤੀ ਹੈ। ਔਫਰ ਕੀ ਆ ਉਹ ਤੁਹਾਨੂੰ ਦੱਸ ਦਿੰਦੇ ਹਾਂ। ਜੇਕਰ ਤੁਸੀਂ ਕੈਨੇਡਾ ਅਤੇ ਯੂਕੇ ਜਾਣਾ ਚਾਹੁੰਦੇ ਹੋ ਤਾਂ ਬਿਨੈਕਾਰ ਜਿਹੜੇ ਨੇ 40% ਦੀ ਛੋਟ ਦੇ ਉੱਤੇ ਜਾ ਸਕਦੇ ਨੇ। ਇਸ ਸਮੇਂ ਕੈਨੇਡਾ ਦੇ ਵਿੱਚ ਨਰਸਾਂ ਅਤੇ ਨੈਨਸ ਦੀ ਅਤੇ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਨੇ ਖੁੱਲ੍ਹਦੀਆਂ ਨਜ਼ਰ ਆ ਰਹੀਆਂ ਨੇ। ਭਾਰਤ ਤੋਂ ਖਾਸ ਕਰਕੇ ਪੰਜਾਬ ਹਰਿਆਣਾ ਦੀਆਂ ਬਹੁਤ ਸਾਰੀਆਂ ਕੁੜੀਆਂ ਨਰਸਾਂ ਅਤੇ ਨੈਨੀ ਦਾ ਕੰਮ ਕਰਨ ਦੇ ਲਈ ਦੂਜੇ ਦੇਸ਼ਾਂ ਵਿੱਚ ਜਾ ਰਹੀਆਂ ਨੇ ਅਤੇ ਉਹ ਚੰਗੀ ਕਮਾਈ ਵੀ ਕਰ ਰਹੀਆਂ ਨੇ। ਜੇਕਰ ਤੁਸੀਂ ਨਰਸ ਨੈਨੀ ਦਾ ਕੰਮ ਕਰ ਰਹੇ ਹੋ ਜਾਂ ਨਰਸਿੰਗ ਕੋਰਸ ਕੀਤਾ ਹੈ ਜਾਂ ਨਰਸ ਬਣਨ ਦੇ ਲਈ ਪੜ੍ਹ ਰਹੇ ਹੋ, ਵਿਦਿਆਰਥੀ ਹੋ, ਤਾਂ ਤੁਸੀਂ ਕੈਨੇਡਾ ਜਾ ਸਕਦੇ ਹੋ ਅਤੇ ਬਹੁਤ ਆਸਾਨੀ ਦੇ ਨਾਲ ਉੱਥੇ ਨੌਕਰੀ ਜਿਹੜੀ ਹੈ ਪ੍ਰਾਪਤ ਹੋ ਸਕਦੀ ਹੈ। ਤਾਂ ਕੈਨੇਡਾ ਨੇ ਨਰਸਿੰਗ ਖੇਤਰ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਵੀਜ਼ੇ ਜਾਰੀ ਕੀਤੇ ਨੇ ਅਤੇ ਕੈਨੇਡਾ ਦੇ ਵਿੱਚ ਭਾਰਤੀ ਨਰਸਾਂ ਅਤੇ ਨੈਨਿਸ ਦੀ ਬਹੁਤ ਮੰਗ ਵੀ ਹੈ। ਚੰਗੀ ਗੱਲ ਇਹ ਹੈ ਕਿ ਕੰਮ ਕਰਨ ਦੇ ਦੌਰਾਨ ਪ੍ਰਤੀ ਘੰਟਾ ਸੈਲਰੀ ਜਿਹੜੀ ਹੈ ਉਹ $45 ਯਾਨੀ ਕਿ 3700 ਰੁਪਈਆ ਭਾਰਤ ਦਾ ਮੰਨਿਆ ਜਾਵੇਗਾ। 8 ਮਹੀਨਿਆਂ ਦੇ ਵਿੱਚ ਪਰਿਵਾਰ ਸਮੇਤ PR ਮਿਲੇਗੀ। ਪਲੱਸ 2 ਪਾਸ ਜਾਂ ਬਿਨਾਂ ਪਲੱਸ 2 ਵਾਲੇ ਵੀ ਅਪਲਾਈ ਕਰ ਸਕਦੇ ਨੇ। ਨਰਸ ਲਾਇਸੈਂਸ ਦੀ ਵੀ ਇਸ ਵਿੱਚ ਲੋੜ ਨਹੀਂ ਹੈ ਤਾਂ ਇੱਕ ਵਧੀਆ ਸੁਨਹਿਰੀ ਮੌਕਾ ਹੈ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ। ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਕਿ ਪੀਣ ਵਾਲੇ ਪਾਣੀ ਨੂੰ ਲੈ ਕੇ ਇੱਕ ਅਹਿਮ ਖਬਰ ਹੈ। ਜੇਕਰ ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਹੋ ਤਾਂ ਪੀਣ ਵਾਲੇ ਪਾਣੀ ਨੂੰ ਲੈ ਕੇ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 14 ਅਤੇ 15 ਤਰੀਕ ਨੂੰ ਜਿਹੜਾ ਪੀਣ ਵਾਲੇ ਪਾਣੀ ਦੀ ਸਪਲਾਈ ਹੈ ਉਸ ਦੀ ਮਾਤਰਾ ਘਟਾਈ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਨਗਰ ਨਿਗਮ ਦੇ ਵੱਲੋਂ ਕੰਜੌਲੀ ਦੇ ਵਾਟਰ ਵਰਕਸ ਦੇ ਵਿੱਚ ਫੇਸ 6 ਦਾ ਫਲੋ ਮੀਟਰ ਬਦਲਿਆ ਜਾਣਾ ਹੈ। ਤਾਂ ਦੱਸ ਦਈਏ ਕਿ ਇਸ ਤੋਂ ਇਲਾਵਾ ਸੈਕਟਰ 39 ਦੇ ਵਾਟਰ ਵਰਕਸ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ। ਇਸ ਦੇ ਲਈ 14 ਦਸੰਬਰ ਸਵੇਰੇ ਪਾਣੀ ਦੀ ਸਪਲਾਈ ਆਮ ਵਾਂਗ ਰਹੇਗੀ ਪਰ ਸ਼ਾਮ ਨੂੰ 6 ਤੋਂ 8 ਵਜੇ ਤੱਕ ਘੱਟ ਪ੍ਰੈਸ਼ਰ ਦੇ ਨਾਲ ਪਾਣੀ ਜਿਹੜਾ ਸਪਲਾਈ ਹੋਵੇਗਾ। ਤਾਂ ਇਸ ਦੇ ਨਾਲ ਹੀ 15 ਦਸੰਬਰ ਨੂੰ ਵੀ ਸਵੇਰੇ 3:30 ਤੋਂ ਸਵੇਰ ਦੇ 8 ਵਜੇ ਤੱਕ ਪਾਣੀ ਦੀ ਸਪਲਾਈ ਰਹੇਗੀ ਜਦੋਂ ਕਿ ਸ਼ਾਮ ਨੂੰ 6 ਤੋਂ 8 ਵਜੇ ਤੱਕ ਹੀ ਪਾਣੀ ਜਿਹੜਾ ਮਿਲਦਾ ਨਜ਼ਰ ਆਵੇਗਾ।